ਹੈ ਹੇ ਗਾਇਜ਼ ਆਈ ਹੋਪ ਯੂ ਆਲ ਆਰ ਡੂਇੰਗ ਗ੍ਰੇਟ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਸ਼ੇਅਰ ਕਰੂੰਗੀ ਬ੍ਰਿਲੀਅੰਟ ਆਈਡੀਆਸ ਸ਼ੇਅਰ ਕਰੂੰਗੀ ਜਿਹਨੂੰ ਤੁਸੀਂ ਯੂਜ਼ ਕਰਕੇ ਆਪਣੀ ਕਲੋਜ਼ਟ ਨੂੰ ਆਰਗੇਨਾਈਜ਼ ਕਰ ਸਕਦੇ ਆ ਸੋ ਚਲੋ ਚੱਲਦੇ ਆਪਸਟੇਅਰ ਐਂਡ ਮੈਂ ਤੁਹਾਨੂੰ ਸ਼ੇਅਰ ਕਰਦੀ ਕਿ ਕਿੱਦਾਂ ਤੁਸੀਂ ਆਪਣੀ ਸਮਾਲ ਜੀ ਕਲੋਜ਼ਟ ਨੂੰ ਆਰਗੇਨਾਈਜ਼ ਕਰ ਸਕਦੇ ਆ ਆਲਵੇਸ ਕੀਪ ਇਨ ਅ ਮਾਈਂਡ ਜੀਡੀਵੀ ਕਲੋਜ਼ਟ ਤੁਸੀਂ ਥੀ ਕਲੀਨ ਕਰਨਾ ਚਾਹੁੰਦੇ ਹੋ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਏਮਟੀ ਕਰ ਲਓ ਉਹਦੇ ਨਾਲ ਡੀਕਲੇਟਰ ਹੋ ਜਾਂਦਾ ਆ ਕੈਨੇਡਾ ਦੇ ਵਿੱਚ ਇਹ ਜਿਹੜੀਆਂ ਕਲੋਜ਼ਟ ਆ ਸਟੈਂਡਰਡ ਹੁੰਦੀਆਂ ਪਰ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਕਿ ਸਮਾਲ ਕਲੋਜ਼ਟ ਦੀ ਸਪੇਸ ਨੂੰ ਕਿੰਦਾ ਤੁਸੀਂ ਜ਼ਿਆਦਾ ਇਨਕਰੀਜ਼ ਕਰ ਸਕਦੇ ਆ ਟਾਪ ਤੇ ਇਹ ਹੁੰਦੀ ਆ ਸਪੇਸ ਇਹਨੂੰ ਤੁਸੀਂ ਯੂਜ਼ ਕਰ ਸਕਦੇ ਏ ਦਾ ਰੌਡ ਲਾ ਕੇ ਇਸ ਸਾਈਡ ਤੋਂ ਇਹ ਮੈਂ ਰੌਡ ਲਾ ਕੇ ਯੂਜ਼ ਕੀਤੀ ਓ ਸਾਈਡ ਤੇ ਮੈਂ ਰੱਖੀ ਸ਼ੈਲਫ ਇਧਰਲੀ ਸਾਈਡ ਤੇ ਮੈਂ ਇਹ ਰੱਖ ਦਿੱਤੀ ਏ ਸ਼ੈਲਫ ਐਂਡ ਇਹ ਤੁਹਾਨੂੰ ਆਈਕੇਆ ਤੋਂ ਮਿਲ ਜਾਂਦੀ ਆ ਐਂਡ ਇਹਦੇ ਵਿੱਚ ਬਹੁਤ ਸਾਰੀ ਸਪੇਸ ਆ ਮੈਂ ਤੁਹਾਨੂੰ ਦੱਸਦੀ ਕਿ ਇਹਨੂੰ ਕਿੱਦਾਂ ਯੂਜ਼ ਕਰਨਾ ਐਂਡ ਇਹ ਐਕਚੁਅਲੀ ਤੁਸੀਂ ਡਰੋਅਰਸ ਦੇ ਨਾਲ ਵੀ ਲੈ ਸਕਦੇ ਆ ਕਸਟਮਾਈਜ਼ ਕਰ ਸਕਦੇ ਆ ਮੈਂ ਇੱਕ ਸਾਈਡ ਤੇ ਡਰੋਅਰਸ ਲਾਏ ਆ ਤੁਸੀਂ ਇੱਥੇ ਵੀ ਡਰੋਅਰਸ ਲਾ ਸਕਦੇ ਆ ਇਦਾਂ ਦੇ ਐਂਡ ਅਕੋਰਡਿੰਗ ਟੂ ਯੂ ਕਿੱਦਾਂ ਵੀ ਤੁਸੀਂ ਇਹਨੂੰ ਸੈੱਟ ਕਰਨਾ ਚਾਹੁੰਦੇ ਆ ਹੁਣ ਮੈਂ ਤੁਹਾਨੂੰ ਦੱਸਦੀ ਕਿ ਇਹ ਸਪੇਸ ਨੂੰ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਆ ਇਹ ਹੈਗਾ ਅਨਦਰ ਆਪਸ਼ਨ ਇਹ ਫੈਬਰਿਕ ਦੇ ਡਰਾਅਰ ਇਹ ਵੀ ਤੁਹਾਨੂੰ ਆਈਕਿਆ ਤੋਂ ਮਿਲ ਜਾਂਦੇ ਆ इजीली ਇਹਦੇ ਵਿੱਚ ਤੁਸੀਂ ਰੱਖ ਸਕਦੇ ਆ ਬਹੁਤ ਸਾਰੇ ਸਟਾਈਲ ਕਲਰਸ ਤੁਹਾਨੂੰ ਮਿਲ ਜਾਂਦੇ ਆ ਇਹਦੇ ਵਿੱਚ ਐਂਡ ਇਹਨੂੰ इजीली ਤੁਸੀਂ ਬਾਹਰ ਕੱਢ ਸਕਦੇ ਆ ਇਹਦੇ ਵਿੱਚ ਮੈਂ ਕੀ ਰੱਖਦੀ ਆ ਆਪਣੇ ਪਰਸ ਰੱਖਦੀ ਆ ਤੁਸੀਂ ਆਪਣੀ ਜੁਐਲਰੀ ਰੱਖ ਸਕਦੇ ਆ ਕੱਪੜੇ ਫੋਲਡ ਕਰਕੇ ਰੱਖ ਸਕਦੇ ਆ ਮੈਂ ਕੁਝ ਪਰਸ ਇਹਦੇ ਵਿੱਚ ਡਸਟ ਬੈਗ ਦੇ ਨਾਲ ਰੱਖਦੀ ਆ ਐਂਡ ਕੁਝ ਪਰਸ ਐਜ਼ ਇਟ ਇਜ਼ ਰੱਖ ਦਿੰਦੀ ਆ ਕਿਉਂਕਿ ਇਹਦੇ ਵਿੱਚ ਡਸਟ ਨਹੀਂ ਜਾਂਦੀ ਐਂਡ ਇਹ ਇੱਕ ਫੈਬਰਿਕ ਦਾ ਆ ਸੋ ਇਦਾਂ ਤੁਸੀਂ ਇਹਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਕੇ ਸਪੇਸ ਨੂੰ ਯੂਜ਼ ਸਕਦੇ ਆ ਜਾਂ ਤਾਂ ਇਦਾਂ ਡਰੋਅਰਸ ਲੈ ਲਓ ਜਾਂ ਤੁਸੀਂ ਇਦਾਂ ਆਪ ਇਹਨੂੰ ਕਸਟਮਾਈਜ਼ ਕਰ ਸਕਦੇ ਆ ਲਾਈਕ ਕੁਝ ਵੀ ਲਗਾ ਸਕਦੇ ਆ ਜੇ ਡਰੋਅਰ ਨਹੀਂ ਲਗਾਣੇ ਤਾਂ ਇੱਕ ਇਦਾਂ ਆਂਦਾ ਹੈਂਡਲ ਵਾਲਾ ਜਸਟ ਫਰੰਟ ਤੇ ਉਹਦਾ ਡੋਰ ਹੁੰਦਾ ਉਹ ਲੈ ਸਕਦੇ ਆ ਸੋ ਏ 2 3 ਇਹਨਾਂ ਦੇ ਕੋਲ ਆਪਸ਼ਨਸ ਹੈਗੇ ਆ ਆਈਕਿਆ ਦੇ ਕੋਲ ਬੋਥ ਸਾਈਡ ਤੇ ਆਪਣੇ ਇਧਰ ਪਰਸ ਰੱਖਿਆ ਇਹਦੇ ਵਿੱਚ ਤੁਸੀਂ ਕੱਪੜੇ ਵੀ ਰੱਖ ਸਕਦੇ ਆ ਐਂਡ ਬੋਥ ਸਾਈਡ ਤੇ ਮੈਂ ਯੂਜ਼ ਕੀਤੇ ਆ ਅਦਰ ਆਪਸ਼ਨ ਹੈਗਾ ਇਦਾਂ ਦੇ ਤੁਹਾਨੂੰ ਫੈਬਰਿਕ ਦੇ ਮਿਲ ਜਾਂਦੇ ਆ ਸਟੋਰੇਜ ਵਾਲੇ ਰਾਈਟ ਇਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਆ ਐਂਡ ਇਹਨੂੰ ਇਹਦੇ ਉੱਪਰ ਸਟੈਕ ਕਰ ਸਕਦੇ ਆ ਲਾਈਕ ਤੁਸੀਂ ਆਪਣੇ ਅੰਡਰਗਾਰਮੈਂਟਸ ਰੱਖਨੇ ਰਾਈਟ ਸੋ ਇਦਾਂ ਦੇ ਤੁਸੀਂ ਯੂਜ਼ ਕਰ ਸਕਦੇ ਆ ਤੁਹਾਨੂੰ ਈਜ਼ੀਲੀ ਐਮਾਜ਼ਨ ਤੋਂ ਮਿਲ ਜਾਂਦੇ ਆ ਔਰ ਤੁਸੀਂ ਡਾਲਰ ਸਟੋਰ ਤੋਂ ਵੀ ਲੈ ਸਕਦੇ ਆ ਮੈਂ ਇਹ ਆਪਣੇ ਸਟੋਰੇਜ ਵਾਲੇ ਜਿਹੜੇ ਲਏ ਸੀ ਆਈਕੀਆ ਤੋਂ ਲਏ ਸੀ ਇਹਦੇ ਵਿੱਚ ਮੈਂ ਆਪਣੇ ਸਾਰੇ ਅੰਡਰਗਾਰਮੈਂਟਸ ਰੱਖਦੀ ਆ ਸੋ ਈਜ਼ੀਲੀ ਤੁਸੀਂ ਗ੍ਰੈਬ ਕਰ ਸਕਦੇ ਆ ਐਂਡ ਇਹ ਸਟੈਕ ਵੀ ਕਰ ਸਕਦੇ ਹੋ ਨਾਲ ਟਾਪ ਤੇ सो so, सोफा so मैं थले रखे है गया ड्रोर फैब्रिक वाले इतने स्टिल हजे स्पेस आ एंड इतने भी मैं ऑर्गेनाइज कर लिया एंड ड्रोरस के चीज़ा अपन ऑर्गेनाइज करूँगी एं अपनी ज्वेलरी रख सकते वॉचिज़ जो भी लाइक करते हो राइट सो टॉप शैल्फ पर मैं रखूँगी अपने जिन्हें भी मेरे है परफ्यूम्स सो so, इनू मैं एज आ लाइक डिकोर ही रखना चाहती हाँ इतने सोना लगे टॉप वाला सो so, इतने मेरे सारे बॉडी स्प्रे एंड जिन्हें भी मेरे है परफ्यूम्स वो आओगे सो so, इतने मैं सारे परफ्यूम रखे लाइक टॉप न मैं जस्ट एज़ आ ले रखूँगी सो so, इतने मैं अपना एक पर्स रख रही हूँ ਸੋ ਇਦਾਂ ਫਿਰ ਸੋਹਣਾ ਲੱਗਦਾ ਤੁਹਾਡਾ ਕਲੋਜ਼ਟ ਜਦੋਂ ਤੁਸੀਂ ਥੋੜੀਆਂ ਜਿਹੀ ਚੀਜ਼ਾਂ ਡਿਸਪਲੇ ਕੀਤੀਆਂ ਹੁੰਦੀਆਂ ਰਾਈਟ ਹੁਣ ਮੈਂ ਅਦਰ ਸਾਈਡ ਦੀ ਟੌਪ ਸ਼ੈਲਫ ਨੂੰ ਕਲੀਨ ਕਰੂੰਗੀ ਕਿਉਂਕਿ ਬਹੁਤ ਸਾਰੀ ਡਸਟ ਹੋ ਜਾਂਦੀ ਆ ਜਿਸ ਸਾਈਡ ਤੇ ਮੈਂ ਆਈ ਗਈ ਵਾਲੀ ਸ਼ੈਲਫ ਰੱਖੀ ਹੈ ਨਾ ਇੱਥੋਂ ਅਸੀਂ ਰਿਮੂਵ ਕੀਤੀ ਸੀ ਰੌਡ ਐਂਡ ਉੱਥੇ ਥੋੜੀ ਜਿਹੀ ਸਪੇਸ ਆ ਗਈ ਹੈ ਟੌਪ ਤੇ ਇਹਨੂੰ ਵੀ ਮੈਂ ਯੂਜ਼ ਕਰੂੰਗੀ ਇਹਦੇ ਲਈ ਮੈਂ ਫੈਬਰਿਕ ਦੇ ਸਟੋਰੇਜ ਇਤਾਂ ਦੇ ਬਾਕਸੇ ਲਿਆ ਇਹ ਇੱਥੇ ਕਵਰ ਕਰ ਲਾਂਦੇ ਇੰਨੀ ਸਪੇਸ ਨੂੰ ਲਾਈਕ ਹਰ ਇੱਕ ਛੋਟੀ ਛੋਟੀ ਸਪੇਸ ਨੂੰ ਮੈਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਤੁਸੀਂ ਆਪਣੇ ਅੰਡਰਗਾਰਮੈਂਟਸ ਰੱਖ ਸਕਦੇ ਆ ਕੋਈ ਚੀਜ਼ਾਂ ਨੂੰ ਫੋਲਡ ਕਰਕੇ ਰੱਖ ਸਕਦੇ ਆ ਸੋ ਹਰ ਇੱਕ ਸਪੇਸ ਨੂੰ ਤੁਸੀਂ ਇਦਾਂ ਯੂਜ਼ ਕਰ ਸਕਦੇ ਆ ਸੋ ਇਹ ਸ਼ੈਲਫ ਤਾਂ ਬਹੁਤ ਹੀ ਵਧੀਆ ਆਈਡੀਆ ਹੈ shelves ਤੇ ਫਿਰ ਤੁਹਾਨੂੰ ਬਹੁਤ ਸਾਰੀ ਸਪੇਸ ਮਿਲ ਜਾਂਦੀ ਹੈ ਮੈਂ ਇਦਾਂ ਦੇ ਬਾਕਸਿਸ ਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਹਾਈਡ ਕਰਕੇ ਰੱਖਦੀ ਆਂ ਐਂਡ ਕੁਝ ਹੈਗੇ ਇਦਾਂ ਦੇ ਬੈਗਪੈਕਸ ਜਿਹੜੇ ਬੱਚੇ ਡਿਸਪਲੇ ਕਰਨਾ ਚਾਹੁੰਦੇ ਆਂ ਐਂਡ ਹੋਮ ਮੈਂ ਸોર્ટ ਆਊਟ ਕਰੂੰਗੀ ਹਰ ਇੱਕ ਚੀਜ਼ ਜੋ ਮੈਂ ਕੱਢੀ ਐਂਡ ਡੀ ਕਲਟਰ ਕਰੂੰਗੀ ਮੈਂ ਪੈਂਟਸ ਐਂਡ ਲੈਗਿੰਗਸ ਸ਼ਰਟ ਟੀ-ਸ਼ਰਟ ਉਹਨਾਂ ਨੂੰ ਸੈਪਰੇਟ ਪਾਇਲਸ ਦੇ ਵਿੱਚ ਪਹਿਲਾਂ ਮੈਂ ਕਰ ਲੈਨੀ ਆ ਸੈੱਟ ਐਂਡ ਨਾਲ ਉਹਨਾਂ ਨੂੰ ਮੈਂ ਕੀ ਕਰਦੀ ਰਹੀ ਆ ਡੀ ਕਲਟਰ ਡਿਕਲੇਟਰ ਵੀ ਹੋ ਗਿਆ ਐਂਡ ਮੈਂ ਸਾਰੀਆਂ ਪਾਈਲਸ ਵੀ ਸੈੱਟ ਕਰ ਲਈਆਂ ਆ ਐਂਡ ਜਿੱਦਾਂ ਮੈਂ ਸਾਰਾ ਕੁਝ ਸੈੱਟ ਕੀਤਾ ਉਦਾਂ ਹੀ ਮੈਂ ਆਪਣੀ ਕਲੋਜ਼ੇਟ ਦੇ ਵਿੱਚ ਰੱਖਦੀ ਆ ਲਾਈਕ ਜੀਨਸ ਇੱਕ ਸਾਈਡ ਤੇ ਪਜਾਮਾ ਲੈਗਿੰਗਸ ਇੱਕ ਸਾਈਡ ਤੇ ਟੀ-ਸ਼ਰਟਸ ਐਂਡ ਲੌਂਗ 슬ੀਵ ਟੀ-ਸ਼ਰਟਸ ਇੱਕ ਸਾਈਡ ਤੇ ਸੋ ਜਦੋਂ ਤੁਸੀਂ ਇਹਦਾ ਹਰ ਇੱਕ ਚੀਜ਼ ਨੂੰ ਆਰਗੇਨਾਈਜ਼ ਕਰਕੇ ਰੱਖਦੇ ਆ ਲੈਣੀ ਵੀ ਈਜ਼ੀ ਹੁੰਦੀ ਆ ਐਂਡ ਤੁਹਾਡੀ ਕਲੋਜ਼ੇਟ ਵੀ ਗੰਦੀ ਨਹੀਂ ਹੁੰਦੀ ਸੋ ਇਸ ਤੇ ਟੌਪ ਤੇ ਮੈਂ ਸਾਰੀ ਆਪਣੀ ਜੁਐਲਰੀ ਆਰਗੇਨਾਈਜ਼ ਕੀਤੀ ਆ ਟੌਪ ਤੇ ਸਾਰੇ ਮੇਰੇ ਪਰਸਿਸ ਵੀ ਆ ਜੁਐਲਰੀ ਵੀ ਆ ਅਪਕਮਿੰਗ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਕਿ ਕਿ ਕਿੱਦਾਂ ਤੁਸੀਂ ਆਪਣੀ ਜੁਐਲਰੀ ਨੂੰ ਆਰਗੇਨਾਈਜ਼ ਕਰ ਸਕਦੇ ਆ ਸੋ ਸੋ ਫਾਰ ਤੇ ਅੱਜ ਮੈਂ ਤੁਹਾਨੂੰ ਇਹ ਸ਼ੇਅਰ ਕੀਤਾ ਕਿ ਤੁਸੀਂ ਇਦਾਂ ਰੱਖ ਸਕਦੇ ਆ ਸ਼ੈਲਫ ਐਂਡ ਮੈਂ ਹੋਪ ਕਰਦੀ ਕਿ ਤੁਹਾਨੂੰ ਆ ਵੜੀ ਜਿਹੜੀ ਸ਼ੈਲਫ ਦਾ ਆਈਡੀਆ ਚੰਗਾ ਲੱਗਿਆ ਜੇ ਤੁਹਾਡੀ ਸਮਾਲ ਕਲੋਜ਼ਟ ਹੈਗੇ ਆ ਤੁਸੀਂ ਉਹਨੂੰ ਥੋੜੀ ਮਾਡਰਨ ਲੁੱਕ ਦੇਣਾ ਚਾਹੁੰਦੇ ਆ ਨਾ ਸੋ ਤੁਸੀਂ ਇਦਾਂ ਦੀ ਸ਼ੈਲਫ ਆਈਕਾ ਤੋਂ ਲੈ ਕੇ ਰੱਖ ਸਕਦੇ ਆ ਐਂਡ ਡਿਸਪਲੇ ਕਰ ਸਕਦੇ ਆ ਆਪਣੀਆਂ ਚੀਜ਼ਾਂ ਸੋ ਜੇ ਤੁਸੀਂ ਵੱਡੀ ਸ਼ੈਲਫ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਇਦਾਂ ਦਾ ਬੈਂਚ ਲੈ ਸਕਦੇ ਆ ਆਈਕਿਆ ਤੋਂ ਇਹਦੇ ਉੱਪਰ ਤੁਸੀਂ ਬੈਠ ਵੀ ਸਕਦੇ ਆ ਐਂਡ ਇਹਦੇ ਥੱਲੇ ਤੁਸੀਂ ਆਪਣਾ ਸਟੱਫ ਰੱਖ ਸਕਦੇ ਆ ਲਾਈਕ ਅੰਡਰਗਾਰਮੈਂਟਸ ਇਦਾਂ ਦੇ ਸਟੋਰੇਜ ਲੈ ਕੇ ਐਂਡ ਦਿਸ ਇਜ਼ ਐਕਚੁਅਲੀ ਰੀਲੀ ਗੁੱਡ ਸੋ ਇਸ ਸਾਈਡ ਤੇ ਰੌਡ ਸੀਗੀ ਜਿਹੜੀ ਰੌਡ ਨੂੰ ਇਦਾਂ ਦੀ ਰੌਡ ਹੁੰਦੀ ਹੈ ਰਾਈਟ ਇਹ ਰਿਮੂਵ ਕਰਕੇ ਮੈਂ ਉੱਪਰ ਟੌਪ ਤੇ ਲਗਾਈਆ ਸੋ ਇਹਦੇ ਨਾਲ ਤੁਹਾਨੂੰ ਕਾਫੀ ਸਪੇਸ ਮਿਲ ਜਾਂਦੀ ਐਂਡ ਫਿਰ ਤੁਸੀਂ ਥੱਲੇ ਵੀ ਇੱਕ ਰੌਡ ਤੇ ਆਪਣੇ ਕੱਪੜੇ ਰੱਖ ਸਕਦੇ ਆ ਰਾਈਟ ਸੋ ਇਦਾਂ ਦੀ ਰੌਡ ਹੁੰਦੀ ਆ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ ਇਹਨੂੰ ਰਿਮੂਵ ਕਰਕੇ ਤੁਸੀਂ ਉੱਪਰ ਲਾ ਸਕਦੇ ਆ ਜੇ ਤੁਸੀਂ ਇਦਾਂ ਦੀ ਸ਼ੈਲਫ ਰੱਖਣਾ ਚਾਹੁੰਦੇ ਓਕੇ ਸੋ ਜੇ ਰੱਖਣਾ ਚਾਹੁੰਦੇ ਆ ਜੇ ਮਾਡਰਨ ਲੁੱਕ ਦੇਣਾ ਚਾਹੁੰਦੇ ਆ ਤਾਂ ਇੱਕ ਸਾਈਡ ਤੇ ਇਦਾਂ ਕਰ ਲਓ ਸੋ ਸੋ far ਤੱਕ ਅੱਜ ਮੈਂ ਤੁਹਾਨੂੰ ਇਹ ਸ਼ੇਅਰ ਕੀਤਾ ਕਿ ਤੁਸੀਂ ਇਦਾਂ ਰੱਖ ਸਕਦੇ ਹਾਂ ਸ਼ਾਲ ਹਾਈ ਗਾਇਜ਼ ਹੁਣੇ-ਹੁਣੇ ਮੈਂ ਕੀਤੀ ਹੈ ਇੱਕ ਸ਼ੂਟ ਵੀਡੀਓ ਐਂਡ ਇਦਾਂ ਦੀ ਵੀਡੀਓ ਮੈਂ ਕਦੀ ਸ਼ੇਅਰ ਨਹੀਂ ਕੀਤੀ ਤੁਹਾਡੇ ਨਾਲ ਇਹ ਹੈਗਾ ਸ਼ੋਪਿੰਗ ਹਾਲ ਮੈਂ ਆਨਲਾਈਨ ਕਿਥੋਂ ਕੱਪੜੇ ਆਰਡਰ ਕਰਦੀ ਹਾਂ ਐਂਡ ਬਹੁਤ ਸਾਰੇ ਕੱਪੜੇ ਮੈਂ ਤੁਹਾਨੂੰ ਸ਼ੇਅਰ ਕੀਤੇ ਇਸ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਜੇ ਤਾਂ ਮੈਂ ਵੀਡੀਓ ਇਹ ਪਾ ਦਿੱਤੀ ਇਸ ਬਲੌਗ ਤੋਂ ਪਹਿਲਾਂ ਤਾਂ ਕਲਿੱਕ ਔਨ ਟਾਪ ਟੂ ਵਾਚ दैट ਵੀਡੀਓ ਲਿੰਕ ਆਉਂਦਾ ਹੋਣਾ ਟਾਪ ਤੇ ਰਾਈਟ ਸੋ ਉੱਥੇ ਦੇਖ ਸਕਦੇ ਹਾਂ ਸੋ ਬਹੁਤ ਸਾਰੇ ਕੱਪੜੇ ਆ ਐਂਡ ਇੱਧਰ ਵੀ ਬਹੁਤ ਸਾਰਾ ਖਲਾਰਾ ਥੱਲੇ ਆ ਸ਼ਾਬਾਸ਼ ਬੇਟਾ ਮੈਂ ਤੁਹਾਨੂੰ ਦਿਖਾ ਲੈਣਾ ਨਹੀਂ ਹੈ ਇਹ ਸਭ ਕੀ ਦੇਖਣਾ ਪੜ ਰਹਾ ਹੈ اچھا ਹੈ ਮੈਂ ਅੰਨ੍ਹਾ ਹਾਂ ਹੁਣ ਮੈਂ ਵੀਡੀਓ ਸ਼ੂਟ ਕਰ ਲਿਆ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਰੱਖਣੀਆਂ ਪੈਂਦੀਆਂ ਵੀਡੀਓ ਸ਼ੂਟ ਕਰਨ ਲਈ ਐਨੀਵੇ ਹੁਣ ਮੈਂ ਜਾ ਰਹੀ ਹਾਂ ਥੱਲੇ ਤੇ ਅੱਜ ਮੈਂ ਬਣਾਉਣਾ ਪੀਜ਼ਾ ਧੁੱਪ ਹਜੇ ਵੀ ਬਹੁਤ ਆ ਤੁਹਾਨੂੰ ਟਾਈਮ ਇੱਥੇ ਹੋ ਗਿਆ ਆਰਾਊਂਡ 5 ਸੋ ਹਜੇ ਵੀ ਕਿੰਨੀ ਧੁੱਪ ਆ ਚਲੋ ਹੁਣ ਮੈਂ ਥੱਲੇ ਚਲਦੀ ਆਂ ਬਾਕੀ ਖਲਾਰਾ ਬਾਅਦ ਚੱਕੂੰਗੀ ਕਿਉਂਕਿ ਮੈਂ অলরেਡੀ ਬਹੁਤ ਲੇਟ ਹੋ ਗਈ ਮੈਂ ਇੱਕ ਵੀਡੀਓ ਸਟਾਰਟ ਅਨਸ਼ੀਅਰ ਕੀਤਾ ਸੀ ਕਿ ਘਰੇ ਮੈਂ ਪੀਜ਼ਾ ਬਣਾਉਂਦੀ ਆਂ ਡੋ ਮੈਂ ਰੈਡੀ ਕਰ ਲਿਆ ਸੀਗਾ ਐਂਡ ਇਦਾਂ ਕਰਸਟ ਮੈਂ ਬਣਾ ਕੇ ਹਵੀ ਨੂੰ ਦੇ ਦਿੰਦੀ ਆਂ ਓਮ ਬਣਾਉਂਦੇ ਆ ਸਾਰਾ ਕੁਝ ਕੱਟ ਕੇ ਰੱਖ ਲਿਆ ਐਂਡ ਇਦਾਂ ਮੈਂ ਕਰਸਟ ਬਣਾ ਲਈ ਜਾਂਦੀ ਆਂ ਐਂਡ ਮੈਂ ਸਟਫਡ ਕਰਸਟ ਬਣਾਉਂਦੀ ਆਂ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਜਾਂ ਤੁਸੀਂ ਨਹੀਂ ਲਾਈਕ ਕਰਦੇ ਨਾ ਇਦਾਂ ਬਣਾ ਕੇ ਦੇਖਿਓ ਬਹੁਤ ਹੀ ਸਟ੍ਰੈਚੀ ਐਕਚੁਅਲੀ ਘਰ ਪੀਜ਼ਾ ਬਣਦਾ ਆ ਐਂਡ ਡੋ ਮੈਂ ਕਰੀ ਰੈਡੀ ਕਰਦੀ ਆਂ ਇਦਾਂ ਮੈਂ ਸਟਫਡ ਕਰਸਟ ਇਹਦਾ ਕਰ ਲ ਲਈ ਵਿੱਚ ਚੀਜ਼ ਐਂਡ ਟਾਪਿੰਗਸ ਪਾ ਕੇ ਸੋ ਹੋਰ ਰੈਸਿਪੀਜ਼ ਨੂੰ ਇੰਜੋਏ ਕਰਾਂਗੇ ਮੈਂ ਤੁਹਾਨੂੰ ਇੱਕ ਕੁਇਕੀ ਇਜ਼ੀ ਐਪਲ ਪਾਈ ਸ਼ੇਅਰ ਕਰਦੀ ਹਾਂ ਪੀਲ ਕਰਕੇ ਐਪਲ ਐਂਡ ਥੋੜਾ ਜਿਹਾ ਬਟਰ ਪਾ ਕੇ ਉਹਨੂੰ ਪੈਨ 'ਚ ਪਕਾ ਰਹੀ ਹਾਂ ਜੇ ਐਪਲਸ ਖਰਾਬ ਹੋ ਰਹੇ ਨੇ ਇਦਾਂ ਬਣਾ ਲਓ ਸੋ ਇਹ ਤੁਹਾਨੂੰ ਮਿਕਸਚਰ ਮਿਲ ਜਾਂਦਾ ਪਾਈ ਕਰਸਟਾ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਬਟਰ ਪਾ ਕੇ ਨਾ ਇਹਨੂੰ ਮੋਇਨ ਕਰਨਾ ਜਿਦਾ ਆਪਾਂ ਸਮੋਸੇ ਲਈ ਕਰੀਦਾ ਰਾਈਟ ਮੈਂ ਇਹਦੇ 'ਚ ਅੱਜ ਦੇਸੀ ਕਿਉ ਪਾਇਆ ਮੇਰੇ ਕੋਲ ਬਟਰ ਨਹੀਂ ਸੀਗਾ ਇਹਨੂੰ ਇਦਾਂ ਮਸਲ ਮਸਲ ਕੇ ਚੰਗੀ ਤਰ੍ਹਾਂ ਬਟਰ ਨੂੰ ਮ사ਜ ਕਰਨਾ ਰਾਈਟ ਸੋ ਜਿਦਾ ਸਮੋਸਿਆਂ ਲਈ ਬਣਾਈਦਾ ਰਾਈਟ ਤੁਹਾਨੂੰ ਪਤਾ ਹੋਣਾ ਮੈਂ ਕੀ ਕਹਿਣਾ ਚਾਹੁੰਦੀ ਹਾਂ ਸੋ ਫਿਰ ਇਦਾਂ ਦਾ ਜਦੋਂ ਹੋ ਜਾਵੇ ਇਦਾਂ ਇਕੱਠਾ ਹੋਣ ਲੱਗ ਜਾਵੇ ਹਨਾ ਫਿਰ ਤੁਸੀਂ ਇਹਦੇ ਵਿੱਚ ਕੀ ਕਰਨਾ ਆਈਸ వాటర్ ਪਾਉਣਾ ਥੋੜਾ ਜਿਹਾ ਮੈਂ ਆਈਸ వాటర్ ਆਲਰੇਡੀ ਪਾ ਲਿਆ ਆ ਸੋ ਹੀ ਹੈਂਡ ਯੂਜ਼ ਕਰ ਰਹੀ ਆ ਮੈਂ ਇੱਕ ਸਾਈਡ ਤੇ ਕੈਮਰਾ ਫੜਿਆ ਆ ਸੋ ਥੋੜਾ ਥੋੜਾ ਪਾਣਾ ਲਾਈਕ ਅਰਾਊਂਡ 4-5 ਟੇਬਲस्पून ਤੁਸੀਂ ਪਾਣੇ ਲਾਈਕ ਇੱਕ ਤੋਂ ਸਟਾਰਟ ਕਰੋ ਤੇ ਬਸ ਉਹਨੂੰ ਥੋੜਾ ਜਿਹਾ ਤੁਸੀਂ ਨੀਡ ਕਰਨਾ ਤੇ ਇਦਾਂ ਬਣਾ ਲੈਣਾ ਇਹਨੂੰ ਹਾਫ ਤੁਸੀਂ ਫ੍ਰਿਜ ਚ ਰੱਖ ਸਕਦੇ ਆ ਜੇ ਤੁਸੀਂ ਉਹਨੂੰ ਹਾਫ ਹਾਫ ਯੂਜ਼ ਕਰਨਾ ਲਾਈਕ ਬਾਟਮ ਐਂਡ ਟੌਪ ਐਂਡ ਹੁਣ ਐਪਲ ਥੋੜੇ ਜਿਹਾ ਪਾਣ ਗਏ ਆ ਹੁਣ ਇਹਦੇ ਵਿੱਚ ਮੈਂ ਪਾਉਂਗੀ ਸਿਨਮਨ ਐਂਡ ਬ੍ਰਾਊਨ 슈ਗਰ ਓਕੇ ਅਰਾਊਂਡ 1 2 ਟੇਬਲस्पून ਮੈਂ ਆਰਗੈਨਿਕ ਸਿਨਮਨ ਯੂਜ਼ ਕਰਦੀ ਆ ਇਹਦੇ ਨਾਲ ਇਹਦਾ ਟੇਸਟੀ ਜਿਹੜਾ ਨਾ ਕੈਰੀਮਲ ਵਾਲਾ ਆ ਜਾਂਦਾ ਬਹੁਤ ਵਧੀਆ ਲੱਗਦਾ ਐਂਡ 슈ਗਰ ਬ੍ਰਾਊਨ 슈ਗਰ ਐਂਡ ਥੋੜੀ ਜੀ ਤੁਸੀਂ ਵਾਈਟ 슈ਗਰ ਪਾਉਣਾ ਚਾਹਦੇ ਪਾ ਸਕਦੇ ਆ ਐਂਡ ਉਹਦੇ ਨਾਲ ਹੋਰ ਵੀ ਵਧੀਆ ਟੇਸਟ ਬਣ ਜਾਂਦਾ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਮੈਲਟ ਕਰੂੰਗੀ ਐਂਡ ਉਦੋਂ ਤੱਕ ਪਕਾਉਂਗੀ ਜਦੋਂ ਤੱਕ ਇਹ ਸੌਫਟ ਨਹੀਂ ਹੁੰਦੇ ਨੈਕਸਟ ਮੈਂ ਰਿਕਾਰਡ ਕਰਨਾ ਭੁੱਲ ਗਈ ਕਿਦਾਂ ਇਹਨੂੰ ਮੈਂ ਬਣਾਇਆ ਆ ਐਂਡ ਬਸ ਵਿੱਚ ਉਹਦੇ ਫਿਲ ਕਰਨਾ ਐਂਡ ਮੇਰੇ ਕੋਲੇ ਪੈਨ ਵੱਡਾ ਸੀਗਾ ਐਂਡ ਡੋ ਥੋੜਾ ਸੀਗਾ ਫਿਰ ਮੈਂ ਜੁਗਾੜ ਲਾਇਆ ਐਂਡ ਸਾਈਡ ਤੇ ਮੈਂ ਰੱਖੀਆਂ ਹੈਗੀਆਂ ਫੋਇਲਸ ਐਂਡ ਜਿੰਨਾ ਵੀ ਮੇਰੇ ਕੋਲ ਡੋ ਸੀਗਾ ਉਹਦੇ ਅਕੋਰਡਿੰਗ ਮੈਂ ਤਾਂ ਬਣਾ ਲਿਆ ਇਹਨੂੰ ਇਨ ਨੂੰ ਤੁਸੀਂ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਬਣਾ ਸਕਦੇ ਆਂ ਐਂਡ ਉੱਪਰ ਟੌਪ ਔਰ ਬਾਟਮ ਦੋਨੋਂ ਲਗਾ ਕੇ ਬਣਾ ਸਕਦੇ ਆਂ ਸੋ ਦਿਸ ਇਜ਼ ਟੋਟਲੀ ਅਪ ਟੂ ਯੂ ਐਂਡ ਤੁਸੀਂ ਦੇਖ ਸਕਦੇ ਆਂ ਕਿ ਕਿੰਨੀ ਵਧੀਆ ਬਣੀ ਆ ਗਰਮਾ ਗਰਮ ਤੁਸੀਂ ਇੰਜੋਏ ਕਰ ਸਕਦੇ ਆਂ ਅਪਕਮਿੰਗ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਚ ਸ਼ੇਅਰ ਕਰੂੰਗੀ ਸੋ ਰਾਈਟ ਆਫਟਰ ਕੁਕਿੰਗ ਬਹੁਤ ਸਾਰੇ ਵੱਡੇ ਵੱਡੇ ਭਾਂਡੇ ਹੋ ਜਾਂਦੇ ਆ ਰਾਈਟ ਕੁਝ ਭਾਂਡੇ ਜਿਹੜੇ ਹੱਥ ਨਾਲ ਧੋਣੇ ਪੈਂਦੇ ਆ ਕੁਝ ਤਾਂ ਮੈਂ ਡਿਸ਼ਵਾਸ਼ਰ ਚ ਪਾ ਦਿੰਨੀ ਆ ਡਿਸ਼ਵਾਸ਼ਰ ਮੈਂ ਆਲਰੇਡੀ ਔਨ ਕਰ ਦਿੱਤਾ ਆ ਐਂਡ ਇਹਨਾਂ ਨੂੰ ਹੁਣ ਮੈਂ ਕਲੀਨ ਕਰੂੰਗੀ ਐਂਡ ਕਿਚਨ ਨੂੰ ਕਲੀਨ ਕਰੂੰਗੀ ਕਪਾਸ ਆਰੀਏ ਕਲੀਨਿੰਗ ਐਂਡ ਆਰਗੇਨਾਈਜੇਸ਼ਨਸ ਦੀਆਂ ਵੀਡੀਓ ਸ਼ੇਅਰ ਕੀਤੀਆਂ ਆਪਣੇ ਚੈਨਲ ਤੇ ਡੋਨਟ ਫੋਰਗੇਟ ਟੂ ਐਕਸਪਲੋਰ ਮਾਈ ਚੈਨਲ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਟੂ ਮਾਈ ਚੈਨਲ ਲਾਈਕ ਥਿਸ ਵੀਡੀਓ ਸ਼ੇਅਰ ਥਿਸ ਵੀਡੀਓ ਮਾਈ ਹੋਪ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਬਲੌਗ ਵੀ ਚੰਗਾ ਲੱਗਿਆ ਹੋਗਾ ਜੇ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਟੂ ਮਾਈ ਚੈਨਲ ਲਾਈਕ ਥਿਸ ਵੀਡੀਓ ਐਂਡ ਸ਼ੇਅਰ ਥਿਸ ਵੀਡੀਓ ਐਂਡ ਹੌਨ ਮੈਂ ਮਿਲੂੰਗੀ ਤੁਹਾਨੂੰ ਅਪਕਮਿੰਗ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਆਪਣਾ ਧ